ਘੱਲੂਘਾਰਾ ਦਿਵਸ ਦੇ ਮੱਦੇਨਜ਼ਰ ਡੀਐਸਪੀ ਨੰਡਿਆਲਾ ਗੁਰੂ ਸੁਖਵਿੰਦਰਪਾਲ ਸਿੰਘ ਦੀ ਅਗਵਾਈ ਹੇਠ ਨੰਡਿਆਲਾ ਗੁਰੂ ਵਿਖੇ ਪੁਲਿਸ ਅਤੇ ਪੈਰਾਮਿਲਟਰੀ ਫੋਰਸ ਵੱਲੋਂ ਸਰਚ ਆਪਰੇਸ਼ਨ ਕੀਤਾ ਗਿਆ। ਇਸ ਮੌਕੇ ਡੀਐਸਪੀ ਨੰਡਿਆਲਾ ਗੁਰੂ ਸੁਖਵਿੰਦਰਪਾਲ ਸਿੰਘ ਨੇ ਅਜੀਤ ਵੈਬ ਟੀਵੀ ਦੀ ਟੀਮ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਿਸੇ ਨੂੰ ਵੀ ਮਾਹੌਲ ਖਰਾਬ ਕਰਨ ਦੀ ਇਜਾਜ਼ਤ ਹਰਗਿਜ਼ ਨਹੀਂ ਦਿੱਤੀ ਜਾਵੇਗੀ। ਇਹ ਸਰਚ ਆਪਰੇਸ਼ਨ ਜਿਹੜਾ ਸਾਡੇ ਕੋਲ ਪੈਰਾਮਿਲਟਰੀ ਫੋਰਸ ਵੀ ਆਈਆਂ ਹੋਈਆਂ, ਤੁਹਾਨੂੰ ਪਤਾ ਕਿ ਘੱਲੂਘਾਰਾ ਦੀ ਅੱਜ ਤੋਂ ਸ਼ੁਰੂ ਹੋ ਗਿਆ ਅਤੇ ਅੰਮ੍ਰਿਤਸਰ ਦੇ ਵਿੱਚ ਹਰ ਸਾਲ ਹੀ ਘੱਲੂਘਾਰੇ ਵੀਕ ਦਾ ਜਿਹੜਾ ਪੀਰੀਅਡ ਹੁੰਦਾ ਇਹਨੂੰ ਬੜੀ ਸੰਜੀਦਗੀ ਨਾਲ ਲਿਆ ਜਾਂਦਾ। ਪੁਲਿਸ ਪ੍ਰਸ਼ਾਸਨ ਵੀ ਅਤੇ ਔਰ ਸਰਕਾਰ ਪੰਜਾਬ ਦੀ ਇਹਨੂੰ ਬਹੁਤ ਹੀ ਸੰਜੀਦਗੀ ਦੇ ਨਾਲ ਅਤੇ ਲੈਂਦੀ ਹੈ ਔਰ ਐਕਸਟਰਾ ਪੈਰਾਮਿਲਟਰੀ ਫੋਰਸ ਦੀ ਡਿਪਲਾਇਮੈਂਟ ਹੁੰਦੀ ਹੈ ਔਰ ਕਈ ਤਰ੍ਹਾਂ ਦਾ ਧਿਆਨ ਰੱਖਿਆ ਜਾਂਦਾ ਵੀ ਕਿਸੇ ਤਰ੍ਹਾਂ ਦੀ ਕੋਈ ਕਾਨੂੰਨ ਵਿਵਸਥਾ ਦੀ ਔਕੜ ਨਾ ਬਣ ਜਾਏ, ਆਮ ਲੋਕਾਂ ਵਾਸਤੇ ਕੋਈ ਪਰੇਸ਼ਾਨੀ ਦਾ ਸਬਬ ਨਾ ਬਣੇ। ਔਰ ਇਸੇ ਦੇ ਮੱਦੇਨਜ਼ਰ ਜਿਹੜੀ ਸਾਨੂੰ ਪੈਰਾਮਿਲਟਰੀ ਦੀ ਰੈਪਿਡ ਐਕਸ਼ਨ ਫੋਰਸ ਮਿਲੀ ਹੋਈ ਹੈ ਉਹਨਾਂ ਦੀ ਮਦਦ ਨਾਲ ਅਤੇ ਡੋਗ ਸਕਾਊਟ ਦੀ ਮਦਦ ਦੇ ਨਾਲ ਅਤੇ ਫਿਰ ਅਸੀਂ ਜਿਹੜਾ ਐਂਟੀ ਆਪਣਾ ਜਿਹੜੀ ਸਾਡੀ ਐਂਟੀ ਸੈਬੋਟੇਜ ਟੀਮ ਹੈਗੀ ਹੈ ਜ਼ਿਲ੍ਹੇ ਦੀ ਉਹਨੂੰ ਨਾਲ ਲੈ ਕੇ ਅਸੀਂ ਸ਼ਹਿਰ ਦੀਆਂ ਭੀੜ ਭਾੜ ਵਾਲੀਆਂ ਇਲਾਕਿਆਂ ਨੂੰ ਅਸੀਂ ਕਵਰ ਕਰਾਂਗੇ, ਉਹਦੇ 'ਚ ਸਰਚ ਕਰਾਂਗੇ, ਉਹਦੇ 'ਚ ਜੇ ਕੋਈ ਲਵਾਰਸ ਚੀਜ਼ ਮਿਲਦੀ ਹੈ ਉਹਦੀ ਬਰੀਕੀ ਨਾਲ ਸਰਚ ਕਰਾਂਗੇ ਅਤੇ ਇਹਦੇ ਨਾਲ ਪਬਲਿਕ ਦੇ ਵਿੱਚ ਅਸੀਂ ਅਵੇਅਰਨੈਸ ਵੀ ਕ੍ਰੀਏਟ ਕਰਾਂਗੇ ਅਤੇ ਇੱਕ ਵਿਸ਼ਵਾਸ ਦੀ ਭਾਵਨਾ ਪੈਦਾ ਕਰਨ ਦੀ ਕੋਸ਼ਿਸ਼ ਕਰਾਂਗੇ। ਘੱਲੂਘਾਰੇ ਦੇ ਵਿੱਚ ਇੱਕ ਤਾਂ ਆਪਣੀ ਜ਼ਿਲ੍ਹੇ ਦੀ ਫੋਰਸ ਤਾਂ ਜਿਹੜੀ ਹੈ ਹੀ ਹੈ, ਉਸ ਤੋਂ ਇਲਾਵਾ ਸਾਨੂੰ ਦੋ ਕੰਪਨੀਆਂ ਵੀ ਮਿਲੀਆਂ ਹੋਈਆਂ ਨੇ ਜਿਹੜੀਆਂ ਅਸੀਂ ਸੈਂਸਿਟਿਵ ਜਗ੍ਹਾ ਤੇ ਅਲੱਗ ਅਲੱਗ ਜਗ੍ਹਾ ਤੇ ਤੈਨਾਤ ਕੀਤੀਆਂ ਨੇ। ਹਾਂਜੀ, ਸਪੈਸ਼ਲ ਨਾਕਾਬੰਦੀ ਘੱਲੂਘਾਰਾ ਦਿਵਸ ਨੂੰ ਰੱਖਦੇ ਹੋਏ ਕੀਤੀ ਗਈ ਹੈ ਔਰ ਸਰਪ੍ਰਾਈਜ਼ ਨਾਕੇ ਤੇ ਸ਼ਿਫਟਿੰਗ ਨਾਕੇ ਜਿਹੜੇ ਮਾਨਯੋਗ ਐਸਐਸਪੀ ਸਾਹਿਬ ਜੀ ਦੀਆਂ ਹਦਾਇਤਾਂ ਮੁਤਾਬਕ ਜਿਹੜੇ ਅਸੀਂ ਸ਼ਹਿਰ ਦੇ ਵਿੱਚ ਲਾ ਰਹੇ ਹਾਂ, ਸ਼ਹਿਰ ਦੇ ਜਿਹੜੇ ਅਪਰੋਚ ਰੋਡਸ ਨੇ ਉਹਨਾਂ ਦੇ ਉੱਤੇ ਲਾ ਰਹੇ ਹਾਂ, ਮੇਨ ਰੋਡ ਦੇ ਉੱਤੇ ਲਾ ਰਹੇ ਹਾਂ, ਮਤਲਬ ਕਿ ਇਹਦੀ ਅਸੀਂ ਪਲੇਸ ਤੇ ਟਾਈਮ ਇਹ ਅਸੀਂ ਸ਼ਿਫਟ ਕਰਦੇ ਹਾਂ ਤੇ ਚੇਂਜ ਕਰਦੇ ਹਾਂ ਤਾਂ ਕਿ ਸਰਪ੍ਰਾਈਜ਼ ਐਲੀਮੈਂਟ ਉਹਦੇ ਵਿੱਚ ਬਣਿਆ ਰਹੇ। ਮੈਂ ਸਮਝਿਆ ਜੀ ਸਰਚ ਆਪਰੇਸ਼ਨ ਦੇ ਦੌਰਾਨ ਸਭ ਕੁਝ ਅਜੇ ਤੱਕ ਠੀਕ ਠਾਕ ਨਜ਼ਰ ਆ ਰਿਹਾ, ਕੋਈ ਵੀ ਇਹੋ ਜਿਹੀ ਸ਼ੱਕੀ ਚੀਜ਼ ਸਾਹਮਣੇ ਨਹੀਂ ਆਈ ਹੈ। ਸਰਚ ਆਪਰੇਸ਼ਨ ਦੇ ਵਿੱਚ ਅਸੀਂ ਭੀੜ ਭਾੜ ਥਾਵਾਂ ਵਾਲੀਆਂ ਥਾਵਾਂ ਜਾਂ ਦੁਕਾਨਾਂ ਦੇ ਬਾਹਰ ਪਿਆ ਸਮਾਨ ਉਹਦੀ ਪੁੱਛਗਿੱਛ ਕਰਦੇ ਹਾਂ ਵੀ ਇਹ ਸਮਾਨ ਕੋਈ ਲਵਾਰਸ ਨਾ ਹੋਏ। ਇਸ ਤੋਂ ਇਲਾਵਾ ਜਿਹੜੀਆਂ ਅਸੀਂ ਪਬਲਿਕ ਟਰਾਂਸਪੋਰਟ ਨੂੰ ਵੀ ਰੈਂਡਮਲੀ ਚੈੱਕ ਕਰਦੇ ਹਾਂ, ਉਹ 'ਚ ਬੱਸਿਸ ਵਗੈਰਾ ਵੀ ਚੈੱਕ ਕਰ ਰਹੇ ਹਾਂ, ਉਸ ਤੋਂ ਇਲਾਵਾ ਆਟੋ ਵਗੈਰਾ ਜਾਂ ਕੋਈ ਪ੍ਰਾਈਵੇਟ ਵਹੀਕਲਸ ਹੈ ਉਹ ਵੀ ਰੈਂਡਮਲੀ ਅਸੀਂ ਚੈੱਕ ਕਰ ਰਹੇ ਹਾਂ ਔਰ ਅਜੇ ਤੱਕ ਕੋਈ ਵੀ ਇਹੋ ਜਿਹੀ ਸ਼ੱਕੀ ਵਸਤੂ ਜਿਹੜੀ ਹੈ ਸਾਡੇ ਸਾਹਮਣੇ ਨਹੀਂ। ਦੇਸ਼ ਦੁਨੀਆ ਦੀਆਂ ਤਾਜ਼ਾ ਖਬਰਾਂ ਦੇ ਲਈ ਹੁਣੇ ਪਲੇ ਸਟੋਰ ਤੋਂ ਡਾਊਨਲੋਡ ਕਰੋ ਪੰਜਾਬ ਦੀ ਆਵਾਜ਼ ਅਜੀਤ ਨਿਊਜ਼ ਐਪ। ਹੁਣ ਤੁਹਾਡਾ ਆਪਣਾ ਅਜੀਤ ਹਰ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਉਪਲਬਧ ਹੈ। ਫੇਸਬੁੱਕ ਦੇ ਉੱਤੇ ਹੁਣੇ ਲਾਈਕ ਤੇ ਫੋਲੋ ਕਰੋ ਅਜੀਤ ਦਾ ਆਫੀਸ਼ੀਅਲ ਪੇਜ ਡੇਲੀ ਅਜੀਤ ਤੇ ਹਾਂ ਨਾਲ ਹੀ ਦੋਸਤਾਂ ਨੂੰ ਪੇਜ ਲਾਈਕ ਕਰਨ ਦੇ ਲਈ ਇਨਵਾਈਟ ਕਰਨਾ ਨਾ ਭੁੱਲਣਾ। ਇੰਨਾ ਹੀ ਨਹੀਂ, ਹਿੰਦੀ ਦੇ ਵਿੱਚ ਖਬਰਾਂ ਵਾਸਤੇ ਲਾਈਕ ਤੇ ਫੋਲੋ ਕਰੋ ਸਾਡਾ ਫੇਸਬੁੱਕ ਪੇਜ ਅਜੀਤ ਸਮਾਚਾਰ ਹਿੰਦੀ। YouTube ਦੇ ਉੱਤੇ ਵੀਡੀਓ ਖਬਰਾਂ ਦੇਖਣ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਅਜੀਤ ਦਾ ਆਫੀਸ਼ੀਅਲ YouTube ਚੈਨਲ ਅਜੀਤ ਵੈਬ ਟੀਵੀ। ਤੁਹਾਡਾ ਆਪਣਾ ਅਜੀਤ ਹੁਣ ਟਵਿੱਟਰ ਤੇ ਇੰਸਟਾਗ੍ਰਾਮ ਦੇ ਉੱਤੇ ਵੀ ਉਪਲਬਧ ਹੈ। ਟਵਿੱਟਰ ਦੇ ਉੱਤੇ ਖਬਰਾਂ ਦੇ ਲਈ ਫੋਲੋ ਕਰੋ ਡੇਲੀ ਅਜੀਤ ਤੇ ਇੰਸਟਾਗ੍ਰਾਮ ਦੇ ਉੱਤੇ ਖਬਰਾਂ ਦੇ ਨਾਲ ਨਾਲ ਵੀਡੀਓ ਦੇਖਣ ਦੇ ਲਈ ਫੋਲੋ ਕਰੋ ਬਲੂ ਟਿਕ ਵਾਲਾ ਸਾਡਾ ਆਫੀਸ਼ੀਅਲ ਚੈਨਲ ਡੇਲੀ ਅਜੀਤ। ਇੰਨਾ ਹੀ ਨਹੀਂ, ਅਜੀਤ ਦੇ ਵੀਡੀਓ ਹੁਣ ਤੁਸੀਂ ਐਪਲ ਟੀਵੀ ਦੇ ਉੱਤੇ ਵੀ ਵੇਖ ਸਕਦੇ ਹੋ ਤੇ ਨਾਲ ਹੀ ਅਜੀਤ ਅਖਬਾਰ ਦਾ ਡਿਜੀਟਲ ਐਡੀਸ਼ਨ ਪੜ੍ਹਨ ਦੇ ਲਈ ਡਾਊਨਲੋਡ ਕਰੋ ਅਜੀਤ ਈ ਪੇਪਰ ਐਪ। ਤੁਹਾਡਾ ਆਪਣਾ ਭਰੋਸੇਯੋਗ ਚੈਨਲ, ਤੁਹਾਡੀ ਆਪਣੀ ਆਵਾਜ਼, ਪੰਜਾਬ ਦੀ ਆਵਾਜ਼ ਅਜੀਤ।